ਇੱਟ ਇੱਟ ਕਰਾਉਣਾ ਕਾਦੀ ਇੱਟ ਕਰਾਉਣ ਤੂੰ ਕਰਾ ਕੇ ਦੇ ਸਭ ਕੁਝ ਆ ਵੀਰਾ ਸਾਡੀ ਸਾਡੀ ਭੈਣ ਨੂੰ ਨਾ ਬਾਹਰ ਸਾਡੀ ਭੈਣ ਨੂੰ ਬਾਹਰ ਵੇਚ ਦਿੱਤਾ ਇਹਨੇ ਤੇ ਉੱਥੇ ਮੁਸਲਮਾਨਾਂ ਦੇ ਕੋਲ ਛੱਡਦੀ ਆ ਉਹ ਸਿਰੇ ਧੰਦੇ ਕਰਦੀ ਐ ਲਓ ਕਿੱਥੇ ਚਾਬੀ ਕਿੱਥੇ ਆ ਇਹ ਭੈਣ ਸਾਡਾ ਗਰੀਬ ਖਾਨਾ ਆਸ਼ਰਮ ਸਾਡਾ ਨਹੀਂ ਗਰੀਬ ਖਾਨਾ ਕਿਉਂ ਹਾਂ ਬਹੁਤ ਸੋਹਣੀ ਜਗ੍ਹਾ ਇੱਥੇ ਆਪਾਂ ਵਿਆਹ ਵੀ ਕਰਦੇ ਆ ਭੈਣਾਂ ਦੇ ਹੁਣ 25 ਦਿਨ ਵਿਆਹ ਕਰਨਾ दो तरीक दो तरीक तो लैके 15 तरीक तक मैं इना परेशान रहा ना रोटी ना पानी मैं पता नहीं लगे बिजली रात जो फोन आना रोई आना रोई आना कमाई करूंगी अपनी बच्चे पाल पोषण वधिया होगी नाल मेरा घर आला भी होगा ना तुम यह सोचा पर अपनी पंजाबीयत रखी है अपना धर्म रखा वा कि मैं अपने आप मैं अद्धी खानी मंजूर हाँ पर मैं इस दलदल च नहीं फसना अज भैन जी मोगे थाई आई भैन अज अपने सामने आ सकते क्या देखा तू बड़ी किस्मत आई है कि तू ओथो निकल आई है मेरे लागो माता वो नौवीं दसवीं आई है क्योंकि उदो ए माता फसी जो फसी मेरे उदो इन लिंक नहीं दिमाग जो कोई बच्चे देखते आला दुआला मेनू चेता भुल जाता पी आले दुआले की होंगे मेनु देखा मैं घर बच्चे रोल दिया पैसे का प्यार ठीक है पर कहते परमात्मा है नहीं पर मैं कहना परमात्मा है
ਪਰਮਾਤਮਾ ਕਿਸੇ ਇਨਸਾਨ ਦੇ ਰੂਪ ਦੇ ਵਿੱਚ ਹੀ ਹੁੰਦਾ ਹੁੰਦਾ, ਸਿਧਾਰਤਾ ਨਹੀਂ ਹੁੰਦਾ ਹੁੰਦਾ ਹੁਣ ਇਹਨੂੰ ਜੇ ਠੀਕ ਹੈ ਚਲੋ ਪੈਸੇ ਖਾਂਦੀ ਹੈ ਪਰ ਉਹੋ ਜਿਹੇ ਪੈਸੇ ਹੁਣ ਇੱਥੇ ਲੱਗੀ ਜਾਂਦੇ ਹੁਣ ਜਿਹਦੀ ਗੁੜੀ ਆ ਉਹਨੂੰ ਦੋਹਰੇ ਮਿਲਦੇ ਆ। ਦੋ ਨੰਬਰ ਦਾ ਪੈਸਾ ਦੋ ਨੰਬਰ ਤੇ ਲੱਗੀ ਜਾਂਦਾ ਤੇ ਲੱਗੂਗਾ, ਜੇ ਇੱਕ ਨੰਬਰ ਦਾ ਚੰਗਾ ਪੈਸਾ ਉਹਦੇ ਚੰਗੇ ਖਾਂਦੇ ਸੀ। ਹਾਂ ਹਰਾਮ ਦੀ ਕਮਾਈ ਹਰਾਮ ਚ ਜਾਂਦੀ ਆ। ਇਹ ਵੀ ਹੁਣ ਇਹਨੇ ਵੀਰੇ ਆਉਣਾ ਨੀ ਸੀਗਾ, ਚਾਹੇ ਕਿਸਮਤ ਕਹਿ ਲੋ ਚਾਹੇ ਵੀ ਮੈਨੂੰ ਪਤਾ ਨੀ ਸੀ ਕਮਰਾ ਕਿਹੜਾ ਵਾ, ਠੀਕ ਆ ਨੀ, ਮੈਂ ਕੱਲਾ ਅੰਦਰ ਵੜਦਾ ਫਿਰ ਉਸ ਤੋਂ ਬਾਅਦ ਹੋ ਜਾਂਦੀ ਹੈ। ਮੈਂ ਇਹਦੇ ਘਰ ਵਾਲੇ ਨੂੰ ਨਾਲ ਲੈ ਗਿਆ, ਉਹਦਾ ਆਪਾਂ ਨੂੰ ਸਾਥ ਮਿਲਿਆ ਤੇ ਮੈਨੂੰ ਕਿਹਾ, ਮੈਂ ਕਿਹਾ ਵੀਰੇ ਇਹਦੇ ਪਾਸਪੋਰਟ ਕਿੱਥੇ ਕਮਰਾ ਕਿਹੜਾ, ਉਹਨੇ ਕਿਹਾ ਵੀ ਆਹ ਇਹਦਾ ਕਮਰਾ, ਤੁਸੀਂ ਕਿਹਾ ਵੀ ਕਮਰੇ ਦੇ ਮਗਰ ਟੰਗੇ। ਮੈਂ ਜਦੋਂ ਜਾ ਕੇ ਵੇਖਿਆ ਮੈਂ ਬੈਗ ਫੜ ਕੇ ਲਿਆਂਦਾ, ਮੈਨੂੰ ਕਿਹਾ ਮੈਂ ਕਿਹਾ ਮੈਂ ਕਿਉਂਕਿ ਮੈਨੂੰ ਇਹ ਵੀ ਹੁੰਦਾ ਵੀ ਕੋਈ ਪਰਸਨਲ ਚੀਜ਼ਾਂ ਹੁੰਦੀਆਂ, ਜੇ ਮੈਂ ਫਰੋਲਦਾ ਵਾ ਤੇ ਕੋਈ ਗੱਲ ਨੂੰ ਕੋਈ ਗੱਲਬਾਤ ਨਾ ਹੋਵੇ ਨਾ ਕੈਮਰਾ ਸਾਹਮਣੇ। ਤੇ ਉਹਨੇ ਕਦੇ ਨੀ ਕੀਤਾ ਕਿ ਉਹ ਬੈਗ ਫੜਾ ਤਾ ਮੰਮੀ ਆ ਜੀ ਨੂੰ, ਉਹਦੀ ਮਾਂ ਕੱਚ ਦੇ ਲੈ ਗਈ, ਧਿਆਨ ਸੀਗਾ ਤਨੀਆਂ ਨੂੰ ਏਦਾਂ ਜਿਹੜੇ ਦੋਵੇਂ ਤਨੀਆਂ ਇਹਨਾਂ ਨੂੰ ਐਂ ਹੱਥ ਰੱਖ ਲਿਆ। ਵੇਖਿਓ ਜੀ ਵੀਡੀਓ ਧਿਆਨ ਲੈ ਕੇ ਜਦੋਂ ਵੀ ਤਨੀਆਂ ਤਿਆਰ ਕਰਕੇ ਹੱਥ ਰੱਖਿਆ ਉਦੋਂ ਮੈਨੂੰ ਪਤਾ ਲੱਗਿਆ, ਉਦੋਂ ਮੈਨੂੰ ਪਤਾ ਲੱਗਿਆ ਹੁਣ ਤਨੀਆਂ ਤੇਰੇ ਹੱਥ ਦੇ ਥੱਲੇ ਨਿਕਲ ਲੈਣੀਆਂ ਕਰਕੇ, ਤੇ ਉਦੋਂ ਮੈਂ ਬੈਗ ਖਿੱਚਿਆ ਉਹਦੇ ਤੋਂ ਤੇ ਉਹ ਕੋਈ ਗੱਲ ਨੀ ਆ। ਤੇ ਉਹ ਏਦਾਂ ਮੈਂ ਉਹਨਾਂ ਨੂੰ ਕਹਿੰਦੇ ਤੁਸੀਂ ਮੰਗ ਕਰੋ ਆਪਣੇ ਪੈਸੇ ਜੀ, ਮੰਗ ਕਰੋ ਪਰ ਵੀਡੀਓ ਬਣਾ ਕੇ ਪਾਉਣੀ ਅੱਜ ਅੱਜ ਜਾਂ ਕੱਲ ਨੂੰ ਬਣਾ ਕੇ ਪਾਉਣੀ ਹੈ ਕਿ ਹਾਂ ਇੱਕ ਪਾਸਪੋਰਟ ਉਹਦੇ ਲੱਖ ਰੁਪਏ ਲਿਆ, ਉਹ ਵਿਚਾਰਾ ਆਪ ਵੀ ਸਪਰੇ ਕਰਦਾ ਵਾ, ਉਹਦਾ ਜੀਜਾ ਵੀ ਸਪਰੇ ਕਰਦਾ ਵਾ, ਕਹਿੰਦਾ ਵੀ ਸਪਰੇ ਕਰ ਕਰਕੇ ਠੀਕ ਹੈ ਜੀ। ਹੁਣ ਜਿਹੜੀ ਵਿਚਾਰੀ ਜਿਹੜੀ ਗ੍ਰਹਿਆਂ ਵਾਲੀ ਜਿਹੜੀ ਵਿਚਾਰੀ ਰੋਂਦੀ ਆ, ਇਹਦੇ ਵਿਚਾਰੇ ਆਪਦਾ ਘਰ ਗਹਿਣੇ ਪਾਕੇ ਤੇ ਫਿਰ ਪੈਂਚਰ ਨੂੰ ਪੈਂਦੀ ਜਾਂਦੀ ਆ, ਵਿਆਜੂ ਪੈਸੇ ਚੱਕ ਕੇ ਦਿੱਤੇ ਸੀਗਾ 25,000 ਰੁਪਇਆ, 25 ਦਾ ਉਹ 30 ਕਰੀ ਬੈਠਾ, ਹੁਣ ਉਹ 30,000 ਨੂੰ ਵਿਆਜ ਲਈ ਜਾਂਦਾ। ਹੁਣ ਮੈਨੂੰ ਉਹਦਾ ਹੀ ਫੋਨ ਆਇਆ, ਆਪਾਂ ਵੀਰ ਜੀ ਹੁਣ ਸਾਰੇ ਮੈਟਰ ਸਾਹਮਣੇ ਔਖੇ ਹੋ ਜਾਂਦੇ ਨੇ ਤੂੰ। ਹਾਂ ਇਹ ਤਾਂ ਮੈਂ ਇੱਕੋ ਹੀ ਹੁਣ ਫੜਿਆ ਵਾ, ਵਿਆਹਾਂ ਵਾਲਾ ਇਲਾਜ ਵਾਲਾ ਤੇ ਜਾਂ ਹੁਣ ਜਿਹੜਾ ਤੁਹਾਡਾ ਫੜਿਆ ਦੋਵਾਂ, ਕਿਉਂਕਿ ਮੈਨੂੰ ਨਾ ਧੀਆਂ ਨਾਲ ਬਹੁਤ ਪਿਆਰ ਹੈ, ਮੈਂ ਇਸੇ ਕਰਕੇ ਧੀਆਂ ਦੇ ਵਿਆਹ ਚ ਵੀਡੀਓ ਪਾਉਂਦਾ, ਉੱਥੇ ਫੋਨ ਦੀ ਮਦਦ ਕਰੀ ਠੀਕ ਆ। ਤੇ ਇੱਕ ਹੁਣ ਮੇਰੀਆਂ ਵੀ ਦੋ ਧੀਆਂ ਵਾ, ਮੇਨ ਗੱਲ ਇਹ ਆ ਕਿ ਰੱਬ ਨਾ ਕਰੇ ਕੱਲ ਮੈਨੂੰ ਕੁਝ ਹੋਜੂ, ਜੇ ਆਪਾਂ ਕਿਸੇ ਦਾ ਕਰੇਗਾ ਰੱਬ ਤਾਂ ਆਪਣਾ ਸੋਚੂਗਾ ਹੀ ਸੋਚੂਗਾ, ਰੱਬ ਕਰੇ ਹੁਣ ਕੱਲ ਇਹਨਾਂ ਵੀ ਜਵਾਨ ਹੋਣੇ, ਮੇਰੀਆਂ ਧੀਆਂ ਨੇ ਵੀ ਜਵਾਨ ਹੋਣਾ ਵਾ ਤੇ ਠੀਕ ਆ ਜੀ। ਤੇ ਦੁਨੀਆਂ ਦੀ ਤੁਹਾਨੂੰ ਰੱਖ ਕੇ ਵੇਂਦੀ ਆ, ਰੱਬ ਮੈਂ ਆਪ ਨੂੰ ਬਚਾ ਕੇ ਰੱਖੂਗਾ, ਜੇ ਆਪਾਂ ਧੀਆਂ ਨੀ ਕੇ ਇੱਜ਼ਤ ਭੈਣ ਜਿਹੋ ਜਿਹਾ ਬੀਜਾਂ ਉਹ ਹੋ ਜਾਵੇਗਾ, ਜੇ ਆਪਾਂ ਅੱਜ ਕੇ ਦਾ ਢੱਕਣਾ ਢੱਕਾਂਗੇ ਪੱਤ ਰੱਖਾਂਗੇ ਠੀਕ ਹੈ, ਤੇ ਕੱਲ ਨੂੰ ਰੱਬ ਆਪਣੀ ਰੱਖੂਗਾ। ਮੈਂ ਇਸ ਚੀਜ਼ ਨੂੰ ਆਪਣੇ ਤੇ ਲੈ ਕੇ ਚੱਲਦਾ ਹਾਂ। ਬੜਾ ਪਲਾਨ ਦੇ ਅਕੋਰਡਿੰਗ ਜੇ ਚੱਲੇ ਨਾ ਤੁਹਾਡੇ ਵਿਰੁੱਧ ਤੁਹਾਡੇ ਕੇਸ ਚ, ਉਹ ਪਲਾਨ ਨੇ ਬੜਾ ਮਤਲਬ ਏਦਾਂ ਹੋ ਗਿਆ ਨਾ, ਤੁਸੀਂ ਇੱਕ ਜੋ ਵੀਡੀਓ ਦੇ ਵਿੱਚ ਇੱਕ ਛੋਟੀ ਜਿਹੀ ਬੱਚੀ ਹੈ ਨਾ ਜਿਹਨੂੰ ਪੁੱਛਿਆ ਸੀ, ਉਹ ਦੱਸਦੀ ਪਈ ਹੈ ਵੀ ਮੰਮੀ ਨੂੰ ਏਦਾਂ ਕਰਕੇ ਲੈ ਗਈ, ਬਾਕੀ ਉਹ ਬੰਦੇ ਨਾਲ ਮੇਰਾ ਕੰਟੈਕਟ ਹੋਇਆ ਸੀਗਾ, ਉਹ ਹੋਣਾ ਕਿੱਦਣ ਸੀਗਾ ਵੀਰੇ, ਏਦਾਂ ਮੈਂ ਤੁਹਾਨੂੰ ਮਾਇੰਡ ਨੂੰ ਸੱਚੀ ਕਲੀਅਰ ਦੀ ਗੱਲ ਕਰ ਦਵਾਂ ਵੀ ਮੈਂ ਨਾ ਗਿਆ ਰਾਤ ਨੂੰ, ਮੇਰਾ ਉਦੋਂ ਮਾਇੰਡ ਇੰਨਾ ਖਰਾਬ ਸੀ, ਇੰਨਾ ਰੋਈ ਆ, ਇੰਨਾ ਬੁਰਾ ਹਾਲ, ਤੇ ਐਵੇਂ ਮੈਂ ਚਾਹੁੰਦਾ ਤੁਹਾਨੂੰ ਮਾਫ਼ੀ ਚਾਹੁੰਦਾ, ਉਦੋਂ ਮੈਂ ਨਾ ਰਾਤ ਨੂੰ ਇੰਨਾ ਕੁ ਬੋਲੀ ਸੀ ਨਾ, ਮੈਂ ਦਾਰੂ ਪੀ ਲਈ ਵੀਰੇ। ਅੱਛਾ ਦਾਰੂ ਪੀ ਕੇ ਤੇ ਮੈਂ ਇਹਦੇ ਘਰੇ ਚਲਾ ਗਿਆ, ਮੈਂ ਕਿਹਾ ਦੱਸ ਭੈਣੇ ਤੂੰ ਕਿਵੇਂ ਕਰਨੀ ਹੈ, ਟੈਸਟ ਕਰਵਾ ਕੇ ਦੇਣੀ ਹੈ ਕਿ ਨਹੀਂ, ਇਹ ਜਨਾਨੀ ਮੈਨੂੰ ਬੜੇ ਉਹ ਗੱਲਾਂ ਬੋਲੀ, ਉਹ ਗੱਲਾਂ ਬੋਲੀ ਜਿਹੜੀਆਂ ਨਹੀਂ ਬੋਲਣ ਵਾਲੀਆਂ ਹੁੰਦੀਆਂ,
ਫਿਰ ਚਲੋ ਜੀ ਮੈਂ ਇਹਨਾਂ ਨਾਲ ਗੱਲਬਾਤ ਕੀਤੀ, ਫਿਰ ਮੈਂ ਨਾ ਇਹਨਾਂ ਦੇ ਘਰ ਦੇ ਵਿੱਚ ਜਿਹੜੀ ਮਾਲਕ ਮਕਾਨ ਆ ਉਹ ਜਿਹੜਾ ਮੇਰਾ ਸਾਧੂ ਆ ਨਾ ਉਹਦੀ ਮਾਮੀ, ਮੈਂ ਉਹਦੇ ਕੋਲੇ ਗਿਆ, ਮੈਂ ਕਿਹਾ ਸਤਿ ਸ੍ਰੀ ਅਕਾਲ, ਮੈਂ ਕਿਹਾ ਵੀ ਉਹ ਜਿਹੜੀ ਮੈਡਮ ਜੀ ਨੂੰ ਮੈਡਮ ਕਹਿੰਦੇ ਆ, ਹਾਂਜੀ ਮੈਂ ਕਿਹਾ ਵੀ ਇੱਦਾਂ ਬਠਿੰਡੇ ਵਿਆਹੀ ਆ सलाह की माड़ी मोटी हेल्प करो भी थोड़े घर इना कुछ हो रहा है माड़ा मोटा कहो मैं पैसे देने नहीं तैयार भी मैं कितों लेना 25,000 या 30,000 की टिकट मैं पैसे देने नहीं तैयार किस्मत वधिया है तेनू तू मतलब जिन्हां दा तू कॉन्टैक्ट कीता क्योंकि पैण सानू बहुत फोन आउंदे आ ਕੋਈ ਇੱਜ਼ਤ ਨਾ ਕਰੋ ਤੁਸੀਂ ਕੀ ਕਰੋ।
ਮੈਨੂੰ ਕਹਿੰਦੀ ਤੁਸੀਂ ਮੈਨੂੰ ਨਾ ਗੱਲ ਕਹੋ ਜਿਹਦੀ ਗਿਲਤੀ ਉਹਨੂੰ ਕਹੋ। ਮੈਂ ਕਿਹਾ ਮੈਡਮ ਤੁਸੀਂ ਮੈਟਰ ਪੁੱਛਿਆ ਵੀ ਕੀ ਮੈਟਰ, ਮੈਂ ਤੁਹਾਨੂੰ ਮੈਟਰ ਦੱਸਿਆ ਵੀ ਜੇ ਮੰਨ ਲਓ ਤੁਸੀਂ ਕਿਹਾ ਵੀ ਰੌਲਾ ਕਿਉਂ ਪਾਉਂਦੇ ਜੇ, ਤੇ ਮੈਂ ਤੁਹਾਨੂੰ ਇਹ ਕਿਹਾ ਕਿ ਜੇ ਤੁਹਾਡੀ ਇੱਜ਼ਤ ਉਹਦੇ ਹੱਥ ਪਾਵੇ ਤੁਹਾਡੇ ਘਰ ਹੋ ਗਈ ਉਂਗਲ ਚੁੱਕੋ ਤੇ ਤੁਸੀਂ ਕੀ ਕਰੋਗੇ, ਉੱਥੇ ਚੁੱਕੋਗੇ ਉਹ ਮੈਂ ਪਹਿਲੀ ਤਾਂ ਲੜ ਕੇ ਮਿਲਦੀ ਹੈ ਮੈਂ ਤੁਹਾਨੂੰ ਸਮਾਨ ਪਿੱਛੇ ਕਹਿੰਦੇ ਪਿਆ ਵੀ ਪਿਆ ਵੀ ਆ ਉਹਦਾ ਪਿੱਛੇ ਕਹਿੰਦੇ ਤਾਂ ਲੈ ਵੀ ਗਈ ਆ, ਪਰ ਮੈਂ ਥੋੜਾ ਬਾਇਓਡਾਟਾ ਕਢਵਾਇਆ ਸੀਗਾ ਇਹ ਆਪਣਾ ਬਾਗੇ ਪੁਰਾਣੇ ਤੋਂ ਅੱਗੇ ਪਿੰਡ ਆ ਪਿੰਡ ਦਾ ਐਡਰੈਸ ਹੈਗਾ ਪੱਤੀ ਬਾਦਲ ਕੀ ਉੱਥੋਂ ਦੇ ਵੀ ਆਏ ਮੈਨੂੰ ਪੱਤੀ ਬਾਦਲ ਕੀ ਚੌਂਕ ਵਾਲੇ ਪਿੰਡ ਬਸਤੀ ਹਾਂ ਪੱਤੀ ਬਾਦਲ ਕੀ ਬੁਲਾਇਆ ਰੋਡੇ ਤੇ ਇਹ ਜੀ ਸਾਡੇ ਪਿੰਡ ਦੀ ਮੈਂ ਉਹ ਜਿਹੜੇ ਪਾਸਪੋਰਟ ਤੋਂ ਬੁਲਾ ਲਾ ਕੇ ਤੇ ਇਹ ਦੱਸਿਆ ਸੀ ਤਾਂ ਪਿੰਡ ਹਾਂਜੀ ਹਾਂਜੀ ਇਹਨਾਂ ਨੇ ਦੂਜੇ ਦਾ ਤੇ ਪਤਾ ਲੱਗ ਸੀਗਾ ਜਨਾਨੀਆਂ ਲੋਕ ਕੀ ਕਰਦੇ ਆ ਇਹ ਵਿਚਾਰੇ ਜਿਹੜੇ ਲੋੜਵੰਦ ਘਰ ਹੁੰਦੇ ਨੇ ਜਿਹੜੇ ਗਰੀਬ ਲਾ ਲੋ ਮੰਨ ਲਓ ਉਹਨਾਂ ਦੇ ਜਿਹੜੇ ਵਿਚਾਰੇ ਤੇ ਆਪਣੇ ਰੋਜ਼ਗਾਰ ਨੂੰ ਲਈ ਭੱਜੇ ਫਿਰਦੇ ਆ ਇਹ ਉਹਨਾਂ ਲੋਕਾਂ ਨੂੰ ਟਾਰਗੇਟ ਕਰਦੇ ਆ ਨਾ ਬੰਦਾ ਉਹ ਪੜ੍ਹਿਆ ਲਿਖਿਆ ਹੁੰਦਾ ਭੈਣੇ ਉੱਥੇ ਕਿੱਦਾਂ ਕੀ ਹਾਲਾਤ ਆ ਤੁਸੀਂ ਦਫਤਰ ਬਣੇ ਅਰਬੀ ਆਉਂਦੇ ਜਿਹਨੂੰ ਜਿਹੜੀ ਕੁੜੀਆਂ ਖਾਂਦੀ ਪੀਂਦੀ ਆ ਨਸ਼ੇ ਨੁਸ਼ੇ ਉੱਧਰ ਕਰਦੀ ਆ ਗੱਡੀ ਰੱਖੀ ਹੋਈ ਆ ਕਿਸੇ ਚੀਜ਼ ਨੂੰ ਕੁੜੀ ਨੂੰ ਲੋੜ ਹੁੰਦੀ ਆ ਤੇ ਮੈਂ ਆਪ ਦੇ ਕੇ ਨਸ਼ੇ ਦੇ ਯਾਨੀ ਕਿ 90% ਜਿਹੜੀਆਂ ਕੁੜੀਆਂ ਜਿਹੜੇ ਬੰਦੇ ਤੋਂ ਕੰਮ ਲੈਣਾ ਹੁੰਦਾ ਨਾ ਜਨਾਨੀ ਕੁੜੀਆਂ ਤੋਂ ਕੰਮ ਲੈਣਾ ਹੁੰਦਾ ਮੰਨ ਲਾ ਵੀ ਉਹਨਾਂ ਨੂੰ ਕਹਿਣਾ ਹੁੰਦਾ ਵੀ ਤੁਸੀਂ ਗਾਹ ਏਜੰਟੀ ਕਰੋ ਉਹਨਾਂ ਨੂੰ ਇਹ ਫਸਾਉਂਦੀਆਂ ਪਹਿਲਾਂ ਦੋ ਤਿੰਨ ਸਿਸਟਮ ਸਭ ਤੋਂ ਪਹਿਲਾਂ ਤੇ ਆਉਂਦਾ ਵਾ ਕਿ ਜਦੋਂ ਇਹਨਾਂ ਨੂੰ ਆਪਾਂ ਕੁੜਦੇ ਮਾਰਦੇ ਆ ਰੋਟੀ ਨਹੀਂ ਦਿੰਦੇ ਸਭ ਤੋਂ ਪਹਿਲਾਂ ਤੇ ਉਹ ਕੁੜੀਆਂ ਇਹਨਾਂ ਦੇ ਕੰਮ ਚਾਹੁੰਦੀਆਂ ਜਿਹੜੀਆਂ ਵੀ ਚੱਲ ਹੁੰਦੀਆਂ ਵਾ ਵੀ ਚੱਲ ਜਿਹੜੀਆਂ ਮਤਲਬ ਕਿ ਹੌਸਲਾ ਨੀ ਹਾਰਦੀਆਂ ਵੀ ਲੜਦੇ ਵਾ ਕਿ ਜਾਂ ਉਹਨੂੰ ਮਰਨਾ ਮਜ਼ਬੂਰ ਆ ਉਸ ਟਾਈਮ
ਮੇਰੇ
ਮੇਰੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ ਬੱਚੀ ਮੈਂ ਵੀਡੀਓ ਪਾ ਦਿੱਤੀ ਉਹ ਜਨਾਨੀ ਖਿਡਾਰਨ ਨਹੀਂ ਨਿਕਲੀ ਉਹਦੇ ਜਾਦ ਰੱਬ ਨੇ ਉਹਦੀ ਮੱਤ ਮਾਰ ਦਿੱਤੀ ਠੀਕ ਹੈ ਜੀ ਵੀ ਉਹ ਪਾਸੇ ਆਸੇ ਨਹੀਂ ਹੋਈ ਜਦੋਂ ਉਹਨੇ ਪਤਾ ਲੱਗ ਗਿਆ ਵੀਡੀਓ ਵਾਇਰਲ ਹੋ ਗਈ ਆ ਠੀਕ ਹੈ ਤੇ ਉਹਦੇ ਘਰ ਵਾਲੇ ਨੇ ਵੀ ਪੂਰਾ ਉਹਦੀ ਬੇਇੱਜ਼ਤੀ ਕੀਤੀ ਤੇ ਉਹਨੂੰ ਜੇ ਦਿਮਾਗ ਹੁੰਦੀ ਤਾਂ ਉਹਨੇ ਉਹਨੂੰ ਪਾਸੇ ਹੋਣਾ ਚਾਹੀਦਾ ਸੀ ਬਾਕੀ ਫਿਰ ਤਾਂ ਵੀਰੇ ਮਾਇੰਡ ਜੋ ਹੈ ਉਧਰਲੇ ਪਾਸੇ ਨੂੰ ਚਲਾ ਗਿਆ ਨਾ ਬਸ ਤੇ ਕਹਿੰਦੀ ਆ ਕਿ ਪਹਿਲਾਂ ਤਾਂ ਕਹਿੰਦੀ ਆ ਕਿ ਤੂੰ ਡਾਕਟਰ ਨਾਲ ਨਿਬੜਦਾ ਡਾਕਟਰ ਵਾਲੇ ਕਹਿੰਦੇ 1 ਲੱਖ ਰੁਪਈਆ ਦੇ ਦੇ ਫਿਰ ਦੂਸਰਾ ਫਿਰ ਮੈਨੂੰ ਇਹ ਕਹਿਣ ਲੱਗੀ ਇਹਨੂੰ ਵੀ ਕਹਿਣ ਲੱਗੀ ਆ ਕਿ ਉਹ ਬੰਦੇ ਦਾ ਨੰਬਰ ਦੇ ਮੈਨੂੰ ਵੀ ਜਿਹਨੇ ਇਹ ਵੀਡੀਓ ਪਾਈ ਆ ਕਿ ਮੈਂ ਬੰਦੇ ਦਾ ਨੰਬਰ ਬਣਾਉਣਾ ਤੁਸੀਂ ਤੁਸੀਂ ਕਹਿੰਦੇ ਤੁਸੀਂ ਕਹਿ ਸੀ ਨਹੀਂ ਵੀਰੇ ਮੇਰੀਆਂ ਵਾਰੀਆਂ ਮੈਂ ਤੇਰੀਆਂ ਨੀ ਵਾਰੀਆਂ ਇਹ ਹਲੇ ਗੱਲ ਨੂੰ ਨਾ ਛੇੜ ਉਹਨੂੰ ਕਹਿ ਕੋਈ ਗੱਲ ਨੀ ਆ ਇੰਡੀਆ ਆਉਣੀ ਆ ਤੇ ਆਣ ਕੇ ਵਾਰੀਆਂ ਦੇ ਦੀ ਤੂੰ ਇੱਕ ਵਾਰੀ ਭੈਣ ਚੂਹੇ ਚ ਨਿਕਲ ਜਿੱਦਾਂ ਉਹ ਕਹਿੰਦੀ ਆ ਕਿ ਭੈਣ ਕੋਈ ਗੱਲ ਨੀ ਤੇਰੀਆਂ ਵਾਰੀਆਂ ਮੈਂ ਦੇ ਦੂੰਗੀ ਇੱਕ ਇੰਡੀਆ ਆ ਜਾ ਫਿਰ ਵਾਰੀ ਕੌਣ ਦਿੰਦਾ ਉਹਨੂੰ ਬੰਦ ਆਪਣੇ ਕੋਲ ਮਸਕਟ ਦੀ ਕਰੰਸੀ ਆ ਤੇ ਚੇਂਜ ਹੋ ਜੂ ਭਰਾ ਸੌ ਪੈਸਾ ਵਾ ਜਿਹੜਾ ਕੋਈ ਵੀ ਕਰੰਸੀ ਦਾ ਸੌ ਗੋਲੀ ਮਾਰੋ ਤੁਸੀਂ ਇੰਡੀਆ ਕੇ ਹਾਰਟ ਦੇ ਮਰੀਜ਼ ਆ ਤੇ ਉਧਰ ਵੀ ਪੈਸੇ ਪੂਸੇ ਲੱਗ ਜਾਂਦੇ ਗੱਲ ਵੀ ਏਦਾਂ ਕਿ ਮੈਂ ਚੱਲ ਝੂਠਾ ਲੈ ਲਉਂਦੇ ਜਦੋਂ ਮੇਰੇ ਤੋਂ ਗੁਜ਼ਾਇਸ਼ ਹੋਈ ਹੈ ਜੇ ਮੇਰੇ ਤੋਂ ਆਸ਼ਰਮ ਦਾ ਕੰਮ ਚੱਲ ਲਿਆ ਕਿ ਆਹ ਥੋੜ੍ਹੀ ਦੇਰ ਕਿ ਮੈਂ ਮਿਸਤਰੀ ਆਪ ਪਾਇਆ ਕਿ ਉਹਦੇ ਮੇਰੇ ਹੱਥ ਆਇਆ ਤੁਹਾਨੂੰ ਰੱਬ ਦੀ ਮਿਹਰ ਹੋਈ ਕਿ ਬੰਨੇ ਮੇਰਾ ਹੱਥ ਖੁੱਲਾ ਹੋਇਆ ਮੈਂ ਕੋਈ ਗੱਲ ਨੀ ਮਦਦ ਕਰਾ ਦੂੰ ਜ਼ਰੂਰ ਭੱਜਦਾ ਨੀ ਮੇਰਾ ਤੁਸੀਂ ਆਪਣੇ ਘਰ ਚ ਰਹਿੰਦੇ ਹੁਣ ਕਿ ਬੰਦੇ ਨੂੰ ਸਮਝ ਨਹੀਂ ਆਉਂਦੀ ਮੈਂ ਕਰਾ ਕੇ ਕੀ ਕਰਾਂ ਕਿਉਂਕਿ ਜਦੋਂ ਤੁਸੀਂ ਫੋਨ ਲਾਉਂਦੇ ਜਦੋਂ ਫਿਰ ਵਾਰ ਵਾਰ ਫਿਰ ਵੇਖਿਆ ਵੀਡੀਓ ਹਜੇ ਉਹਨਾਂ ਦੇ ਪਾਸਪੋਰਟ ਲੈ ਆਉਂਦੇ
ਮੇਰੀ ਉਹਨਾਂ ਨਾਲ ਵੀ ਗੱਲ ਹੋਈ ਆ ਵੀਰਾਂ ਨਾਲ ਵੀ ਜਿਹੜੇ ਮਸਕਰ ਚ ਕੁੜੀ ਅੰਦਰ ਹੁੰਦੀ ਆ ਉਹ ਕਹਿੰਦੇ ਵੀ ਇੱਥੋਂ ਦੇ ਕਾਨੂੰਨ ਬਹੁਤ ਕੁੱਤੇ ਆ ਸਭ ਤੋਂ ਵਧੀਆ ਤਰੀਕਾ ਜਿਹੜਾ ਤੁਸੀਂ ਅਪਣਾਇਆ ਇੰਡੀਆ ਠੀਕ ਆ ਵੀ ਮੇਰੀ ਰੇਂਜ ਚੋਂ ਬਾਹਰ ਮੈਂ ਉਹਦੇ ਕੋਲ ਸਿੱਧਾ ਡਾਇਰੈਕਟ ਨਹੀਂ ਜਾ ਸਕਦਾ ਠੀਕ ਆ ਜੇ ਉਹ ਕਹਿੰਦੀ ਇਹ ਦਫ਼ਤਰ ਚ ਹੁੰਦੀ ਇਹਦੇ ਕੋਲੇ ਫਿਰ ਤਾਂ ਮੈਂ ਹੱਥ ਪਾ ਕੇ ਸਿੱਧੀ ਡਾਇਰੈਕਟ ਆਪ ਵੀ ਕਢਵਾ ਲੈਣਾ ਸੀ ਪਰ ਉਹ ਕਹਿੰਦੀ ਵੀ ਉਹ ਕਿਸੇ ਦੇ ਘਰੇ ਆ ਮੈਂ ਸਿੱਧਾ ਡਾਇਰੈਕਟ ਨਹੀਂ ਜਾ ਸਕਦੀ ਉਹ ਕਹਿੰਦੀ ਬਸ ਤੇਰਾ ਇੱਦਾਂ ਹੀ ਆ ਵੀ ਤੂੰ ਠਾਣੇ ਜਾ ਤੇ ਪਹਿਲ ਗੱਲ ਪਤਾ ਕੀ ਹੁੰਦੀ ਆ ਜਦੋਂ ਇਹ ਕਰਦੇ ਆ ਨਾ ਤੁਹਾਨੂੰ ਉੱਥੇ ਖੜਦੇ ਆ ਉੱਥੇ ਜਾ ਕੇ ਤੁਹਾਡੀ ਆਈ ਡੀ ਬਣਵਾ ਦਿੰਦੇ ਆ ਜੇ ਆਈ ਡੀ ਬਣਵਾ ਕੇ ਤੁਹਾਡੀ ਹਜੇ ਤੁਸੀਂ ਮਤਲਬ ਕੰਪਰੋਮਾਈਜ਼ ਨਹੀਂ ਨਾ ਕੀਤਾ ਉਹਨਾਂ ਨਾਲ ਅਰਬੀ ਤੋਂ ਆਪ ਲੈ ਲੈਂਦੇ ਆ ਇੱਕ ਵੀਜ਼ਾ ਇੱਕ ਪੈਸੇ ਘੱਟ ਤੋਂ ਲੈ ਲਏ ਤੁਹਾਨੂੰ ਬਾਹਰ ਤੋਂ ਲੈਂਦੇ ਆ ਝਾਂਸ ਦੇ ਕੇ ਇੱਕ ਅਰਬੀ ਤੋਂ ਲੈ ਲੈਂਦੇ ਕਿ ਤੁਹਾਡੇ ਘਰੇ ਇੱਕ ਆਊਗੀ ਕੀ ਉਹਨਾਂ ਦੇ ਕੰਮ ਕਰਨ ਵਾਲੀ ਆਊਗੀ ਠੀਕ ਹੈ ਨਾ ਤੇ ਇੱਕ ਤੇ ਉੱਥੋਂ ਪੈਸੇ ਲੈ ਲੈਂਦੇ ਆ ਦੋਵੇਂ ਬੰਦੇ ਲੈ ਲੈਂਦੇ ਆ ਤੇ ਫਿਰ ਕੀ ਹੁੰਦਾ ਵਾ ਕਿ ਆਪਾਂ ਉਹ ਸਾਈਨ ਕਰ ਤੁਸੀਂ ਸਾਈਨ ਵੀ ਕਰਦੇ ਹੋਗੇ ਉਧਰ ਸਾਈਨ ਹੁੰਦੇ ਐਗਰੀਮੈਂਟ ਹੁੰਦਾ ਵਾ ਕਿ ਤੁਸੀਂ ਚਾਹ ਕੇ ਤੁਸੀਂ ਇਹ ਐਗਰੀਮੈਂਟ ਇਹ ਹੁੰਦਾ ਕਿ ਹਾਂ ਇਸ ਤੋਂ ਦੋ ਸਾਲ ਵਾਸਤੇ ਪੈਸੇ ਲੈ ਲਿਆ ਹੁਣ ਅਸੀਂ ਦੋ ਸਾਲ ਇਹਦੇ ਘਰੇ ਰਹਿ ਕੇ ਇਹਦੇ ਮਲਕੇ ਦਾ ਘਰ ਦਾ ਕੰਮ ਕਰਾਂਗੇ ਰਸੋਈ ਦਾ ਕੰਮ ਕਰਾਂਗੇ ਫਿਰ ਆਪਾਂ ਆਪਣੇ ਹੱਥ ਵਧਾ ਆਪਾਂ ਆਪਣੇ ਹੱਥ ਵਧਾ ਲੈਂਦੇ ਹਾਂ ਉਹਦੇ ਵਿੱਚ ਫਿਰ ਉੱਥੋਂ ਦਾ ਕਾਨੂੰਨ ਕੁੱਝ ਨੀ ਕਰ ਸਕਦਾ ਕਾਨੂੰਨ ਖੁਦ ਕਹਿੰਦਾ ਜੇ ਤੁਹਾਨੂੰ ਕੋਈ ਕਢਵਾਉਂਦਾ ਨਾ ਉੱਥੋਂ ਦਾ ਬੰਦਾ ਉਹ ਹੱਸਦਾ ਵਾ ਕਿ ਤੂੰ ਇਸ ਜਨਾਨੀ ਨੂੰ ਕਿਉਂ ਕਢਵਾਇਆ ਵਾ ਇਹਨੇ ਤਾਂ ਸਾਈਨ ਕੀਤੇ ਆ ਇਹਨੇ ਤੋਂ ਤੁਹਾਨੂੰ ਪੈਸੇ ਲੈ ਆ ਠੀਕ ਹੈ ਜੀ ਦਸ ਕਿਲੋਮੀਟਰ ਦੂਰ ਪਿੰਡ ਖਡੂਰ ਝੜਪ ਵੀ ਹੋਈ ਕਾਫੀ ਹੋਇਆ ਉਹਨੇ ਉਲਟਾ ਕੀ ਕੀਤਾ ਵੀ ਤੁਰੰਤ ਹੀ ਆਨ ਦੀ ਸਪੋਟ ਜਿਹਨੂੰ ਆਪਾਂ ਕਹਿ ਦਈਏ ਉਹ ਏਅਰਪੋਰਟ ਤੇ ਗਿਆ ਉੱਥੋਂ ਜਿਹੜੇ ਹੁੰਦੇ ਆਪਣੇ ਉਹ ਸਿਕਿਉਰਟੀ ਗਾਰਡ ਕਹਿ ਲਓ ਜਾਂ ਪੁਲਿਸ ਵਾਲਾ ਕਹਿ ਲਓ ਉਹ ਤੁਰੰਤ ਆਨ ਦੀ ਸਪੋਟ ਉਹਨੂੰ ਲਿਆ ਵੀ ਕਹਿੰਦਾ ਵੀ ਫਿਰ ਮੈਂ ਕੁੜੀ ਨਾਲ ਜਾਣਾ ਕੁੜੀ ਮੇਰੇ ਕੋਲ ਆਈ ਜਦੋਂ ਆਪਾਂ ਹੁਣ ਇੱਥੋਂ ਕਿਤੇ ਵੀ ਜਾਂਦੇ ਹਾਂ ਨਾਲ ਤੁਸੀਂ ਮੋਗੇ ਕਰਕੇ ਇੱਥੇ ਆਈ ਆਈ ਜੀ ਇਕੱਲੇ ਨਹੀਂ ਨਾ ਆਏ ਘਰ ਵਾਲੇ ਨਾਲ ਆਏ ਸਾਡਾ ਇਕੱਲੇ ਆਉਂਦਾ ਤਾਂ ਹੁੰਦਾ ਕਿ ਮੈਂ ਇਕੱਲੇ ਨੀ ਜਾਣਾ ਹੈ ਨਾ ਪਤਾ ਨੀ ਰਾਤ ਚ ਕਿਤੇ ਜਨਾਨੀ ਦੇ ਨਾਲ ਬੰਦਾ ਹੁੰਦਾ ਹੈ ਮੇਰੀਆਂ ਵੀ ਧੀਆਂ ਦੋ ਠੀਕ ਆ ਆਪਣੇ ਪੁਰਾਣੇ ਲੋਕ ਆਪਣੀਆਂ ਧੀਆਂ ਨੂੰ ਭਾਵੇਂ ਵਿਆਹੇ ਹੋਏ ਜਾਣ ਕਲੀਆਂ ਨੂੰ ਘਰੋਂ ਬਾਜ਼ਾਰ ਤੱਕ ਨਹੀਂ ਜਾਣ ਦਿੰਦੇ ਤੁਹਾਨੂੰ ਇਹ ਮਹਿਸੂਸ ਨੀ ਹੈ ਕਿ ਮੈਂ ਬਗਾਲੇ ਦੇ ਚੱਲੀ ਆ ਬਗਾਲੇ ਬੰਦਿਆਂ ਚ ਚੱਲੀ ਆ ਤੇ ਮੈਂ ਉੱਥੇ ਸੇਫ ਹਾਂ ਛੱਡ ਕੇ ਉੱਥੇ ਮੈਨੂੰ ਪਤਾ ਹੀ ਨੀ ਹੈ ਕਿ ਉੱਥੇ ਬਣਨਾ ਕੀ ਮੇਰੀ ਧੀ ਦਾ ਮੈਂ ਕਦੀ ਨੀ ਛੱਡ ਕੇ ਆਉਂਗਾ
ਤੁਹਾਨੂੰ ਇਹ ਨੀ ਲੱਗਾ ਕਿ ਮੈਂ ਦੂਜੀ ਦੁਨੀਆਂ ਚੱਲੀ ਆ ਤੇ ਮੈਂ ਕੱਲੀ ਆ ਤੇ ਮੇਰੇ ਨਾਲ ਮੈਂ ਕੀ ਕਰੂੰਗੀ ਇੱਥੇ ਗੁਰਗਾਨੇ ਬੰਦੇ ਚ ਭੈਣ ਅੱਜ ਕੱਲ ਲੋਕਾਂ ਨੂੰ ਇੰਨੀ ਇਨਸਾਨੀਅਤ ਮਰ ਚੁੱਕੀ ਆ ਨਾ ਕਿ ਆਪਣੀ ਭੈਣ ਨੂੰ ਭੈਣ ਤੇ ਬਗਾਨੀ ਦੀ ਭੈਣ ਨੂੰ ਡੈਣ ਸਮਝਦੇ ਭੈਣ ਬੰਬੇ ਜਾ ਕੇ ਪਤਾ ਲੱਗਿਆ ਨਾ ਵਰਤੋਂ ਕੀਤਾ ਚਲੋ ਭੈਣ ਭਰਾ ਅੰਤ ਬੁਰੇ ਦਾ ਬੁਰਾ ਹੁੰਦਾ ਠੀਕ ਹੈ ਨਾ ਚਲੋ ਬਾਬਾ ਨਹੀਂ ਕਰੇ ਡਾਲੇ ਆ ਗਈ ਉਹ ਭੈਣ ਮਹੀਨੇ ਮਹੀਨਾ 15 ਦਿਨ ਹੋ ਗਏ ਗੱਲਾਂ ਚੰਗੀ ਗੱਲਾਂ ਕਰਦੀ ਰੋਂਦੇ ਹੀ ਆ ਪਹਿਲਾਂ ਮੇਰੇ ਕੋਲ ਟਾਈਮ ਨਹੀਂ ਨਿਕਲਿਆ ਜੇ ਮੇਰੇ ਤੋਂ ਟਾਈਮ ਨਿਕਲਿਆ ਉਹ ਸਾਡੇ ਬੰਦੇ ਨੇ ਦੋਸਤੀ ਕਰ ਲਈ ਉਹਦਾ ਛੋਟਾ ਚੀਜ਼ ਉੱਥੇ ਛੱਡ ਦੇ ਆਪਣੇ ਦੇਸ਼ ਦਾ ਨਾ ਵੀ ਲੋਕੀ ਹੈਲਪ ਕਰਨ ਦੀ ਬਜਾਏ ਉਲਟਾ ਉਹਨਾਂ ਦਾ ਫਾਇਦਾ ਚੱਕਦੇ ਪਏ ਹੁਣ ਮੈਂ ਤੁਹਾਡੇ ਕੋਲ ਆਇਆ ਕੋਈ ਆਸ ਵੀ ਲੈ ਕੇ ਆਇਆ ਪੈਸੇ ਨੂੰ ਰੱਬ ਬਣਾ ਲਿਆ ਅੱਜ ਕੱਲ ਮੇਰੇ ਵਰਗੇ ਸਮਾਜ ਸੇਵੀ ਇਹਨਾਂ ਚ ਮੈਂ ਵੀ ਆਉਂਦਾ ਵਾ ਕਿ ਸੰਤ ਤੋਂ ਪੈਸਾ ਮੰਗਾ ਲੈਂਦੇ ਆ ਤੇ ਉਹ ਆਪ ਖਾਈ ਜਾਂਦੇ ਆ 90% ਸਾਰੇ ਨੀ ਉਸ ਤੋਂ ਬਾਅਦ ਕੋਈ ਹੋਰ ਲਾ ਲੋ ਕੋਈ ਬੰਦੇ ਲਾ ਲੋ ਕੋਈ ਪੁਲਿਸ ਵਾਲੇ ਲਾ ਲੋ ਕੋਈ ਦੂਜੇ ਲਾ ਲੋ ਕਈ ਬੰਦੇ ਧਰਮਾਂ ਵਾਲੇ ਲਾ ਲੋ ਹਨਾ ਸਾਰੇ ਬੰਦੇ 90% ਪੈਸਾ 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 ਬਣਾ ਜਾਂਦਾ ਰੱਬ ਨੂੰ ਦੁਨੀਆਂ ਭੁੱਲ ਗਈ ਤੇ ਪੈਸੇ ਨੂੰ ਰੱਬ ਬਣਾ ਲਿਆ ਪਰ ਉਹੀ ਬੰਦਾ ਉਹੀ ਜਨਾਨੀ ਉਹੀ ਉਹਨੇ ਇਹ ਨੀ ਵੇਖਿਆ ਕਿ ਵਿਚਾਰੀ ਜਨਾਨੀ ਆ ਜੇ ਔਰਤ ਦੀ ਇੱਜ਼ਤ ਆ ਸਭ ਕੁਛ ਹਨਾ ਉਹਨੇ ਪੈਸਾ ਮੁੱਖ ਰੱਖਿਆ ਅੱਜ ਕੱਲ ਪਤਾ ਨੀ ਪੈਸਾ ਹੀ ਲੋਕਾਂ ਚ ਵੀ ਜਿਆਦਾ ਹੋ ਗਿਆ ਲੋਕਾਂ ਦੇ ਪੈਸੇ ਹੀ ਮੇਰੇ ਹਿਸਾਬ ਨਾਲ 8 ਤਰੀਕ ਨੂੰ ਸ਼ਾਮ ਨੂੰ ਮੈਸੇਜ ਆ ਗਿਆ ਸੀਗਾ ਪਹਿਲਾਂ ਨੇ ਮੇਰੀ ਵਾਈਫ ਨਾਲ ਕੰਟੈਕਟ ਕੀਤਾ ਅੱਗੇ ਏਦਾਂ ਵੀਰੇ ਨਾਲ ਗੱਲ ਹੋਈ ਸੀ ਵੀਰਾ ਕਹਿੰਦਾ ਮੈਂ ਪੈਸੇ ਦੇ ਕੇ ਜਾਊਂਗਾ ਤੇ ਉਹ ਆਪਦੇ ਘਰ ਨੂੰ ਕਹਿ ਕੇ ਜਾ ਵੀ ਮੈਨੂੰ ਪੈਸਾ ਦੀ ਲੋੜ ਆ ਮੇਰੀ ਮੰਮੀ ਬਿਮਾਰ ਆ ਹੁਣੇ 10,000 ਰੁਪਏ ਦੇ ਕੇ ਜਾ ਚੋਰ ਤੋਂ ਲਾ ਲੋ ਚੋਰ ਤੋਂ ਪੈਸੇ ਚੋਰ ਨੂੰ ਚੋਰੀ ਕਰਨੀ ਹੁੰਦੀ ਆ ਪਰ ਪੈਸੇ ਦੇਣੇ ਬੜੇ ਔਖੇ ਹੁੰਦੇ ਫਿਰ
अपनी निगाह हेठ रखना चाहिए अपने परिवार को, ठीक है ना, पीके ओपरे बंदे दे हाथ वस नहीं पाना चाहिए क्योंकि दुनिया बड़ी बेरंगी है, ओपरे बंदे दे हाथ वस ना पाओ। हाँ हुण साडी बार धी ने बाहर जाना वा, मेरी भणेवी ने बाहर जाना वा, ओहदी कनेडा दी फाइल लगी ओहदे आयुष कीती है, हुण जिहदे कोल जाना वा अगे वी मेरी भैण वा, ठीक है ना, हुण ओहने हैंडओवर करना लोगो, ठीक है जी। बड़ा औखा अरब कंट्रिया पता ही करना चाहिए जोर पा के फिर जाके शाम चार साढ़े चार बजे डेट हो गई मेरे को टाइम नहीं केस होया, उस तो बाद अगले दिन 9 तारीख नूं असीं विआह करना सीगा। मैं विआह वाले मैं तो तड़के 3:30 बजे उठा ਤੇ ਸਬਜ਼ੀ ਲੈ ਕੇ ਆਉਂਦੇ ਹਾਂ ਤੇ ਮੈਂ ਕਿਹਾ ਯਾਰ ਅੱਜ 10 ਤਰੀਕ ਨੂੰ ਵਿਆਹ ਕਰਨਾ ਸੀ, ਮੈਂ ਕਿਹਾ ਯਾਰ ਭੈਣ ਕੱਲ 9 ਤਰੀਕ ਤੁਸੀਂ ਠੀਕ ਸੀ, ਅੱਜ 10 ਤਰੀਕ ਹੋ ਗਈ ਆ ਤੇ ਮੈਨੂੰ ਪਤਾ ਸੀਗਾ ਤੁਹਾਡੀ ਦੇਰੀ ਡੇਟ ਆ, ਤੇ ਮੈਨੂੰ ਇਹ ਵੀ ਪਤਾ ਸੀ ਕਿ ਤੁਸੀਂ ਐਸ ਤੋਂ ਰਸਤੇ ਹੁੰਦੇ ਹੋਗੇ, ਤੁਹਾਡੀ ਸ਼ਾਮ ਦੀ ਠੀਕ ਸੀਗੀ ਤੇ 7:30 ਦਾ ਸਫ਼ਰ ਹੁੰਦਾ, ਤੇ ਮੈਂ ਕੱਲ ਹੁਣ 4:30 ਵਜੇ ਆ ਭੈਣ ਕੋਲ ਪੁੱਛਿਆ ਤੁਸੀਂ ਉਦੋਂ ਮੇਰੇ ਸਾਥ ਰਸਤੇ 'ਚ ਆਉਣ ਡਿਆ ਸੀ, ਫਿਰ ਸ਼ਾਇਦ ਉਹਨੂੰ ਵੀਰ ਨੂੰ ਮਿਲ ਕੇ ਇਹ ਜਾਂਦੀ ਵੀਰ ਅਸੀਂ ਬਹੁਤ ਲੇਟ ਗਏ ਹਾਂ, ਅੱਜ 7:30 ਵਜੇ ਤਾਂ ਆ ਗਈ ਸੀਗੀ, ਮੈਂ ਦਿੱਲੀ ਏਅਰਪੋਰਟ ਦੇ ਵਿੱਚ ਘੱਟੋ ਘੱਟ 10:30 ਵਜੇ ਐਂਟਰ ਕੀਤਾ। ਬਾਰਾਂ ਵਜੇ ਤੁਰਿਆ ਮੈਨੂੰ ਫੋਨ ਕਰੀ ਤੂੰ ਆਉਂਦਾ ਨੀ ਕੀ ਗੱਲ ਹੋ ਗਈ,
ਹਾਂ ਮੈਂ ਸਿੱਧੀ ਗੱਲ ਦੱਸਦੀ ਮੈਂ ਕਿਹਾ ਵੀ ਆਹ ਗੱਲ ਬਾਤ ਮੇਰੇ ਕੋਲ ਪੈਸਾ ਹੈ ਨੀਗਾ ਵੀ ਮੈਂ ਗੱਡੀ ਵਾਲੇ ਨਾਲ ਗੱਲ ਕਰਦਾ ਗੱਡੀ ਵਾਲਾ ਇਹ ਕਹਿੰਦੀ ਚੱਲ ਮੇਰੇ ਕੋਲ ਕਰੰਸੀ ਹੈਗੀ ਆ ਮੈਂ ਕਹਿੰਦਾ ਵੀ ਜਿਹੜੀ ਮਾਸਕਟ ਦੇ ਵਿੱਚ ਉੱਧਰ ਇੰਡੀਆ ਦਾ ਜਾਣੀ ਕਿ 12,500 ਰੁਪਇਆ ਸੀਗਾ ਉਹ ਅਸੀਂ ਚੇਂਜ ਕਰਵਾ ਲਿਆ ਜਿਹਦੇ ਵਿੱਚ ਮੈਂ 10,000 ਵਾਲਾ ਗੱਡੀ ਵਾਲੇ ਨੂੰ ਦਿੱਤਾ ਤੇ ਮੇਰੇ ਕੋਲ 2,500 ਰੁਪਇਆ ਬਚਿਆ 5,000 ਦਾ ਸਰ ਅੱਜ ਤੇ ਜਿਹਦੇ ਵਿੱਚ ਮੈਂ ਰੋਟੀ ਪਾਣੀ ਖਾਂਦਾ ਸਾਰੀ ਰਾਤ ਤੇ ਰੋਟੀ ਨਹੀਂ ਅਸੀਂ ਖਾਏ ਉਹ ਹੀ ਆਏ ਫਿਰ ਅਸੀਂ ਰੋਟੀ ਵੀ ਨਹੀਂ ਖਾਧੀ ਸੀਗੇ ਕਿਉਂਕਿ ਫਿਰ ਆਏ ਸੀਗੇ ਵੀ ਘਰੇ ਵੀ ਆ ਕੇ ਫਿਰ ਦੇਖਿਆ ਨਾ ਘਰ ਦੇ ਹਾਲਾਤ ਵੀ ਦੇਖੇ ਕਿਉਂਕਿ ਇਹ ਰੋਟੀ ਮੰਮੀ ਉਹਨਾਂ ਕੋਲੋਂ ਗਾਂ ਖਾਂਦੇ ਹੁੰਦੇ ਸੀ ਨਾ ਫਿਰ ਘਰੇ ਆ ਕੇ ਵੀ ਦੇਖਣਾ ਸੀ ਨਾ ਫਿਰ ਹਰ ਇੱਕ ਚੀਜ਼ ਚਾਹੀਦੀ ਸੀ ਨਾ ਘਰੇ ਤੁਸੀਂ ਮੈਨੂੰ ਫੋਨ ਲਾਇਆ ਸੀਗਾ ਹਾਂਜੀ ਇਹਨਾਂ ਜੀ ਨੇ ਕਿਹਾ ਕਿ ਵੀਡੀਓ ਕਰਾਇਆ ਤੇ ਵੀਡੀਓ ਕਰਾਇਆ ਕਰਨਾ ਮੈਂ ਕਿਹਾ ਵੀਰੇ ਇਹਨਾਂ ਨੂੰ ਤਾਂ ਚੁੱਕ ਕਰ ਸਕਦਾ ਹਾਂ ਜੇ ਹਾਂ ਵੀ ਇਹਨਾਂ ਦੇ ਕੋਲ ਲਾ ਦਿੰਦਾ ਤੇ ਜੇ ਤੂੰ ਮੈਨੂੰ ਕਹਿ ਦਿੰਦੇ ਨਾ ਭੈਣ ਕਿ ਵੀਰੇ ਸਾਡੇ ਕੋਲ ਤਾਂ ਰੋਟੀ ਕੁਲੀ ਨਹੀਂ ਦਰਜਣੀ ਹੈਗੀ ਤੇ ਫਿਰ ਚਲੋ ਆਪਾਂ ਇੰਨੇ ਵੀ ਹਨਾ ਬੇਮੁੱਖ ਨਹੀਂ ਹੁੰਦੇ ਕਿ ਚੱਲ ਮੈਂ ਕਹਿੰਦਾ ਪਹਿਲੇ ਚੱਲ ਗੱਲ ਮੈਂ 2,000 ਤੁਹਾਨੂੰ ਮੈਂ ਕਹਿਤਾ ਇੱਥੇ ਪਾ ਦਿੰਦਾ ਤੁਸੀਂ ਪ੍ਰਸ਼ਾਦਾ ਪਾਈ ਦੇ ਸਕਦਾ ਤੇ ਰਾਜ ਛੱਡ ਲਓ ਹਨਾ ਮੈਨੂੰ ਇਹ ਹੁੰਦਾ ਕਿ ਜਿਵੇਂ ਮੈਂ ਤਾਂ ਦੇ ਤੈਨੂੰ ਇਹ ਕਿਹਾ ਸੀ ਕਿਉਂਕਿ ਮੈਂ ਮੈਨੂੰ ਇਹ ਨਹੀਂ ਪਤਾ ਵੀ ਤੇਰਾ ਕੰਮ ਕੀ ਹੈ ਕਿੱਦਾਂ ਇਹਦਾ ਥੋੜਾ ਬੜਾ ਤੇ ਬੰਦਾ ਆਪ ਵੀ ਹਿੰਮਤ ਮਾਰ ਸਕਦਾ ਹਾਂ ਬਾਕੀ ਬਾਕੀ ਵੀ ਨਹੀਂ ਪਤਾ ਕੀ ਗੱਲ ਸੀ ਕੰਮ ਇਹਨਾਂ ਦਾ ਜਿਵੇਂ ਕਿਹਾ ਸੀ ਵੀ ਕਿਉਂ ਗੱਲ ਵੀ ਬੰਦਾ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ ਕੋਈ ਕੰਮ ਤੇ ਨਹੀਂ ਕਰਦਾ ਨਹੀਂ ਹੁੰਦਾ ਨਹੀਂ ਹੁੰਦਾ ਫਿਰ ਜਦੋਂ ਮੈਂ ਆਈ ਆ ਫਿਰ 4-5 ਦਿਨ ਫਿਰ ਨਹੀਂ ਗਏ ਕਿਉਂਕਿ ਫਿਰ ਅਸੀਂ ਆਨੂੰ ਵੀਰਾ ਬੋਲ ਜਾਣੇ ਸਾਥ ਲੈਣ ਉੱਥੇ ਤੇਰਾ ਸੁਨੇਹਾ ਪਹੁੰਚੇ ਸਾਡਾ ਮੈਸੇਜ ਪਹੁੰਚੇ ਕਿ ਵੀਰੋ ਭੈਣੋ ਬਾਹਰ ਨਾ ਆਓ ਬਾਹਰ ਨਾ ਆਓ ਮੇਰਾ ਤਾਂ ਚੱਲ ਟਾਈਮ ਨਹੀਂ ਸੀ ਹੈਗਾ ਨਹੀਂ ਤੇ ਮੈਂ ਵੀ ਭਾਵੇਂ ਆ ਜਾਂਦਾ ਉਸ ਵੀਰ ਦਾ ਮਕਸਦ ਇਹ ਸੀਗਾ ਕਿ ਇਸ ਭੈਣ ਨੂੰ ਦੁਨੀਆਂ ਦੇ ਸਾਹਮਣੇ ਮੂੰਹ ਭਾਵੇਂ ਢਾਲ ਢੱਕਿਆ ਸੀਗਾ ਵੀ ਇਸ ਭੈਣ ਨੂੰ ਦੁਨੀਆਂ ਦੇ ਸਾਹਮਣੇ ਲੈ ਕੇ ਤਾਂ ਜੋ ਇਹਦੀ ਆ ਵੀਡੀਓ ਦੇਖ ਕੇ ਇਹਦਾ ਹੋਕਾ ਸੁਣ ਕੇ ਹੋ ਸਕਦਾ ਕੋਈ ਕੁੜੀ ਦਲਦਲ ਚ ਫਸਲੋਂ ਬਚ ਜੇ ਸੰਗਤ ਦੇ ਪੈਸੇ ਦਾ ਜਿਹੜਾ ਰੁਪਇਆ ਜਿਹੜਾ ਪਾਣੀ ਪੀਤਾ ਇਹ ਸਾਰਾ ਸੰਗਤ ਦੇ ਪੈਸੇ ਦਾ ਮੈਂ ਆਪਣੇ ਘਰੋਂ ਮੇਰੇ ਘਰੋਂ ਨੀ ਮੈਂ ਰੋਂਦਾ ਕੁਝ ਸੰਗਤ ਮੈਨੂੰ ਸਹਿਯੋਗ ਦਿੰਦੀ ਆ ਰੋਟੀ ਪਾਣੀ ਖਾ ਕੇ ਸਾਰੀ ਸਾਰੀ ਉੱਥੇ ਲੱਗ ਗਈ ਕੱਲ ਰੋਟੀ ਤੇ ਚੱਲ ਉਹਨੇ ਪਾਤੀ ਖਾਣੀ ਤੇ ਨਹੀਂ ਕੱਲ ਫਿਰ ਰੱਬ ਦਾ ਡੱਬ ਲੱਗ ਰਹੇ ਗੱਡੀਆਂ ਤੇਲ ਵੀ ਪਾਉਣਾ ਸੀਗਾ ਸਭ ਕੁਛ ਕਰਨਾ ਸੀ ਪਹਿਲੇ ਜੇ ਸੰਗਤ ਸਹਿਯੋਗ ਨਾ ਮਿਲਦਾ ਤੇ ਮੇਰਾ ਤੇ ਗੱਡੀ ਦਾ ਹੀ ਮਹੀਨੇ ਦਾ 25,000 ਤੇ ਲੱਗ ਜਾਣਾ ਮੈਂ ਕਿੱਥੋਂ ਲਾਉਂਗਾ ਹੁਣ ਜਿਵੇਂ ਕੱਲ ਤੁਸੀਂ ਗਏ ਸੀ ਆਪਣਾ ਲੁਧਿਆਣੇ ਕੱਲ ਮੈਂ ਕਿੱਥੇ ਗਿਆ ਦੇਖੀ ਸੀ ਧਿਆਨ ਨਾਲ ਕਹਿੰਦੇ ਵੀ ਨਾ ਵੀ ਉਹ ਪਤਾ ਨੀ ਉਸੇ ਦੀ ਆ ਕਿ ਪਤਾ ਨੀ ਹੋਰ ਆ ਪਰ ਜਿਹੜੀ ਦੂਸਰੀ ਵੀਰੋ ਦੇ ਮੂੰਹ ਢੱਕ ਗਿਆ ਨਾ ਉਹ ਚੱਕਰ ਉਹ ਕਹਿੰਦੀ ਬਾਹਰ ਵੀ ਮੈਂ ਕੰਮ ਕਰਦੀ ਹਾਂ ਬਾਹਰ ਤਾਂ ਕਰਨੇ ਕਰਨਾ ਫਿਰ ਜਦੋਂ ਸ਼ਾਮ ਮੈਂ ਘਰੇ ਇੱਥੇ ਰੋਟੀ ਖਾਣੀ ਆ ਉਹਨਾਂ ਦਾ ਵੀ ਕੰਮ ਕਰਦੀ ਹਾਂ ਉਹ ਵੀ ਕੰਮ ਕਰਾਉਂਦੇ ਬਿਮਾਰ ਹੈਗੀ ਏਦਾਂ ਦੀ ਉਹ ਨਾ ਕੀ ਕਰਦੇ ਜਿੱਥੇ ਵੀ ਵਾਢੇ ਜਾਂਦੇ ਆ ਨਾ ਉੱਥੇ ਵੀ ਨਾਲ ਹੀ ਲੈ ਜਾਂਦੇ ਉੱਥੇ ਵੀ ਰੋਟੀ ਪਾਣੀ ਸਾਰਾ ਇਹਨਾਂ ਦਾ ਪ੍ਰਾਹੁਣਿਆਂ ਦਾ ਵੀ ਇਹਨਾਂ ਦਾ ਵੀ ਉਹ ਤੜਕੇ 5 ਵਜੇ ਤੁਰਦੀ ਤੇ ਰਾਤ ਦੇ 9 ਵਜੇ ਤੱਕ ਕੰਮ ਹੀ ਕੰਮ ਕਰ ਘਰੇ ਜਾਂਦਾ ਰਿਹਾ ਨਾ ਸੱਚੇ ਹਾਂ ਉੱਥੇ ਸੀਗੇ ਫਿਰ ਮੈਂ ਫੋਨ ਕਰਦਾ ਰਿਹਾ ਮੈਂ ਕਿਹਾ ਦੇਖ ਲਓ ਉੱਧਰ ਦਫ਼ਤਰ ਵਾਲੇ ਏਜੰਟ ਮੈਂ ਕਿਹਾ ਚਲੋ ਠੀਕ ਆ ਮੈਂ ਥੋੜੀ ਗੱਲਾਂ ਹੀ ਉਹ ਜਿਹੀਆਂ ਕੀਤੀਆਂ ਮੈਂ ਕਿਹਾ ਯਾਰ ਮਨ ਲਾ ਚਲੋ ਠੀਕ ਆ ਵੀ ਹੱਥਾਂ ਤੇ ਮੈਂ ਕਿਹਾ ਪੈਸਾ ਥੋੜਾ ਹੁੰਦਾ ਇਨਸਾਨੀ ਦੀ ਵੀ ਕੋਈ ਚੀਜ਼ ਹੁੰਦੀ ਹੈ ਮੈਂ ਕਿਹਾ ਮੰਨ ਲਾ ਵੀ 6:00 ਤੋਂ 6:30 ਵਜੇ ਮੈਂ ਕਿਹਾ
करदा बंद वीडियो करना।